ਸਾਡੇ ਵੱਖ ਵੱਖ ਜ਼ਿਲ੍ਹਿਆਂ ਚੋਂ ਬਲਾਕਾਂ ਚੋਂ ਜਾ ਰਹੇ ਨੇ ਜਿਹੜੇ ਧਰਨਿਆਂ ਦੀ ਗੱਲ ਸਾਡੇ ਤਿੰਨ ਪਿੰਡ ਚੁਣੇ ਨੇ ਸੰਭੂ ਬਾਰਡਰ ਇੱਧਰ ਨਰਮਾਣਾ ਟਹਾਣਾ ਇੱਧਰ ਡੱਬ ਵਾਲੀ ਇਹ ਬਾਰਡਰਾਂ ਤੇ ਜਾਵਾਂਗੇ ਜੇਕਰ ਕਿਤੇ ਵੀ ਸਰਕਾਰ ਪ੍ਰਸ਼ਾਸਨ ਰੋਕਦੀ ਆ ਤਾਂ ਉਹ ਦੇਖਾਂਗੇ ਕਿਉਂਕਿ ਸਾਡੀ ਵੀ ਜਿੱਥੇ ਪ੍ਰਸ਼ਾਸਨ ਦੀ ਤਿਆਰੀ ਆ ਉੱਥੇ ਸਾਡੀ ਵੀ ਐਤਕੀ ਫੁੱਲ ਤਿਆਰੀ ਆ ਕਿ ਹਰ ਹਾਲ ਦੇ ਵਿੱਚ ਜਿਹੜੀਆਂ ਇਹ ਬੁੱਚੜ ਸਰਕਾਰ ਨੇ ਮੰਗਾਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਜਿੰਨੀਆਂ ਮਰਜ਼ੀ ਰੋਕਾਂ ਲਾ ਲੈਣ ਜਿੰਨੇ ਮਰਜ਼ੀ ਪਿੱਲਰ ਲਾ ਲੈਣ ਜਿੰਨੀਆਂ ਮਰਜ਼ੀ ਸੜਕਾਂ ਪੱਟ ਲੈਣ ਜੋ ਸ਼ੌਂਕ ਆ ਐਤਕੀ ਸੈਂਟਰ ਸਰਕਾਰ ਆਪਦਾ ਕੱਢ ਲਏ ਪਗਾ ਲਏ ਕਿਤੇ ਭੁਲੇਖੇ ਚ ਨਾ ਰਹਿ ਜੇ ਵੀ ਅਸੀਂ ਆਹ ਲਾਉਣਾ ਸੀ ਆਹ ਲਾਉਣਾ ਸੀ ਕਿਤੇ ਕਿਸਾਨ ਰੁਕ ਜਾਂਦੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਰੋਕਾਂ ਜਿੰਨੀਆਂ ਮਰਜ਼ੀ ਲਾ ਲੈਣ ਅਸੀਂ ਹਰ ਹਾਲ ਦੇ ਵਿੱਚ ਦਿੱਲੀ ਪਹੁੰਚਾਂਗੇ ਤੇ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਵਾ ਕੇ ਅਸੀਂ ਵਾਪਸ ਕਰਾਂਗੇ ਜਿਹੜੇ ਸਾਡੇ ਕਾਫਲੇ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਕਾਫਲੇ ਨੇ ਟਰੈਕਟਰ ਟਰਾਲੀਆਂ ਛੋਟੇ ਵਹੀਕਲ ਵੱਡੇ ਵਹੀਕਲ ਨਾਲ ਸਾਡੀਆਂ ਮਾਤਾਵਾਂ ਭੈਣਾਂ ਨੌਜਵਾਨ ਬਜ਼ੁਰਗ ਉਹ ਨਾਲ ਸਾਡੇ ਜਿੱਥੇ ਵੀ ਰੋਕਣਗੇ ਅਗਲੀ ਰਣਨੀਤੀ ਉੱਥੇ ਬਹਿ ਕੇ ਅਸੀਂ ਤੈਅ ਕਰਾਂਗੇ ਕੀ ਕਰਨਾ ਪਰ ਰੋਕ ਅਸੀਂ ਕੋਈ ਨੀ ਛੱਡਣੀ ਸਾਰੀਆਂ ਰੋਕਾਂ ਤੋੜ ਕੇ ਦਿੱਲੀ ਦੇ ਵਿੱਚ ਪਹੁੰਚਣ ਦੇ ਵਿੱਚ ਕਾਮਯਾਬ ਹੋਵਾਂਗੇ ਮੇਨ ਮੰਗਾਂ ਕਿਹਨਾਂ ਤੋਂ ਕਿਹੜੀਆਂ ਮੇਨ ਮੰਗਾਂ ਨੇ ਸਾਡੀਆਂ ਜਿਹੜੀਆਂ ਇਸ 13 ਫਰਵਰੀ ਜੇ ਕਹਿ ਲਈਏ ਧਰਨ ਦੀਆਂ ਮੇਨ ਮੰਗਾਂ ਮੰਨੀਆਂ ਹੋਈਆਂ ਨੇ ਜਿਵੇਂ ਕਿ ਡਾਕਟਰ ਸਵਾਮੀਨਾਥ ਦੀ ਰਿਪੋਰਟ ਨੂੰ ਲਾਗੂ ਕਰਨਾ C2+ 50% ਫਾਰਮੂਲੇ ਅਨੁਸਾਰ ਗਰੰਟੀ ਕਾਨੂੰਨ ਬਣਾਉਣਾ ਲਖੀਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ ਸਰਕਾਰ ਦੀਆਂ ਗਲਤ ਨੀਤੀਆਂ ਨਾਲ ਕਿਸਾਨ ਮਜ਼ਦੂਰਾਂ ਤੇ ਚੜੇ ਕਰਜ਼ੇ ਤੇ ਲੀਕ ਮਰਵਾਉਣੀ ਤੇ ਹੋਰ ਅਨੇਕੀ ਤੋਂ ਇਲਾਵਾ ਸਾਡੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਨੇ ਮੰਨੀਆਂ ਜਿੰਨਾ ਚਿਰ ਉਹ ਲਾਗੂ ਨਹੀਂ ਕਰਦੇ ਉਨਾ ਚਿਰ ਹਰ ਹਾਲ ਦੇ ਅਸੀਂ ਡਟ ਕੇ ਮੋਰਚਾ ਚਲਾਵਾਂਗੇ ਅਸੀਂ ਅੱਜ ਦਿੱਲੀ ਨੂੰ ਰਵਾਨਾ ਹੋ ਰਹੇ ਹਾਂਗੇ ਸੋ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਨੇਗੀਆਂ ਉਹਨਾਂ ਮੰਗਾਂ ਨੂੰ ਸਰਕਾਰ ਲਾਗੂ ਨਹੀਂ ਕਰਦੀ ਭਾਵੇਂ ਸਾਨੂੰ ਕਿੰਨਾ ਸਮਾਂ ਲੱਗ ਜੇ ਕਿੰਨਾ ਸਾਡਾ ਨੁਕਸਾਨ ਹੋ ਜੇ ਅਸੀਂ ਕੁਰਬਾਨੀ ਦੇਣ ਲਈ ਤਿਆਰ ਹਾਂ ਅਸੀਂ ਪਿੱਛੇ ਨਹੀਂ ਹਟਾਂਗੇ ਸਾਡੀਆਂ ਜਿਹੜੀਆਂ ਮੰਗਾਂ ਨੇਗੀਆਂ ਉਹ ਮੰਗਾਂ ਜਿਵੇਂ ਲਖੀਪੁਰ ਖੇਰੀ ਜਿਹੜੇ ਕਿਸਾਨ ਗੱਡੀ ਨਾਲ ਦੌੜ ਕੇ ਮਾਰੇ ਉਹਨਾਂ ਨੂੰ ਇਨਸਾਫ ਦੋਸ਼ੀਆਂ ਨੂੰ ਸਜ਼ਾਵਾਂ ਦੂਸਰਾ ਜਿਵੇਂ ਸਾਡਾ ਕਰਜ਼ ਮੁਕਤੀ ਤੀਜਾ ਜਿਵੇਂ ਸਾਡੀਆਂ ਫਸਲਾਂ ਦਾ ਭਾਅ ਦੀ ਗਰੰਟੀ ਕਾਨੂੰਨ ਬਣਾਉਣਾ ਚੌਥਾ ਜਿਹੜਾ ਜਿਵੇਂ ਸਾਡੀ ਖੇਤੀ ਨੂੰ ਜਿਹੜਾ ਪ੍ਰਦੂਸ਼ਣ ਤੋਂ ਬਾਹਰ ਰੱਖਣਾ ਜਿਵੇਂ ਸਾਡੇ ਸ਼ਹੀਦ ਹੋਏ ਪਰਿਵਾਰਾਂ ਨੂੰ ਔਰ ਉਹਨਾਂ ਨੂੰ ਮੁਆਵਜ਼ਾ ਉਹਨਾਂ ਨੂੰ ਨੌਕਰੀ ਔਰ ਇਹ ਬਹੁਤ ਸਾਰੀਆਂ ਮੰਗਾਂ ਨੇਗੀਆਂ ਸਾਡਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂ ਪਰ ਵੱਲੋਂ ਅਸੀਂ ਔਰ ਪੂਰੀ ਤਿਆਰੀ ਤੇ ਜ਼ੋਰ ਸ਼ੋਰ ਦੇ ਨਾਲ ਜਾ ਰਹੇ ਹਾਂ ਕੇਂਦਰ ਸਰਕਾਰ ਸਾਡੀ ਤਿਆਰੀ ਤੋਂ ਕੇਂਦਰ ਸਰਕਾਰ ਸਾਡੇ ਜੋਸ਼ ਤੋਂ ਡਰੀ ਹੋਈ ਹੈ ਔਰ ਡਰ ਦੇ ਵਿੱਚ ਸਾਡੇ ਰੋਡ ਹੈ ਜਿਹੜੇ ਰੋਡਾਂ ਦੇ ਉੱਤੇ ਪਿੱਲਰ ਲਾ ਰਹੀ ਹੈ ਸਾਡੇ ਰੋਡਾਂ ਦੇ ਉੱਤੇ ਸਰਗੇ ਲਾ ਰਹੀ ਹੈ ਇਹ ਸੰਕੇਤ ਹੈ ਇਹ ਸਿੱਧ ਕਰ ਰਿਹਾ ਕਿ ਸਰਕਾਰ ਡਰੀ ਹੋਈ ਹੈ ਕਿਸਾਨਾਂ ਦੇ ਰੋਹ ਤੋਂ ਇਸ ਕਰਕੇ ਅਸੀਂ ਜਿੱਤ ਕੇ ਆਵਾਂਗੇ ਸਾਡੀ ਜਿੱਤ ਹੋਣੀ ਹੈ ਕੇਂਦਰ ਸਰਕਾਰ ਦੀ ਹਾਰ ਹੋਣੀ ਹੈ ਆਪਣੀਆਂ ਮੰਗਾਂ ਨੂੰ ਲਾਗੂ ਕਰਾ ਕੇ ਬੈਠਣ ਦੀ ਗੱਲ ਇਹ ਹੈ ਕਿ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਨਹੀਂ ਸਾਡਾ 2 ਦਿਨ ਦਾ ਪ੍ਰੋਗਰਾਮ ਨਹੀਂ ਸਾਡਾ ਪ੍ਰੋਗਰਾਮ ਹੈ ਕਿ ਜਿੰਨਾ ਚਿਰ ਸਾਡੀ ਸਰਕਾਰ ਸਾਡੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰਦੀ ਤੇ ਨਵੀਆਂ ਮੰਗਾਂ ਐਡ ਕੀਤੀਆਂ ਹੋਈਆਂ ਮੰਨਦੀ ਨਹੀਂ ਉਹਨਾਂ ਚਿਰ ਭਾਵੇਂ ਕਿੰਨਾ ਸਮਾਂ ਸਾਨੂੰ ਬੈਠਣਾ ਪਵੇ ਅਸੀਂ ਉਹਨਾਂ ਚਿਰ ਬੈਠਾਂਗੇ ਸਰਕਾਰ ਨੂੰ ਆਪਣੀਆਂ ਮੰਗਾਂ ਲਾਗੂ ਕਰਾ ਕੇ ਦੇ
ਕੱਲ ਨੂੰ 5 ਵਜੇ 12 ਤਰੀਕ ਨੂੰ 5 ਵਜੇ ਫੇਰ ਸਾਡੀ ਜਿਹੜੀ ਹੈ ਮੀਟਿੰਗ ਹੈ, ਉਹਨਾਂ ਕੇਂਦਰ ਦੇ ਕਿਹੜੇ ਮੰਤਰੀ ਆਉਂਦੇ ਆ ਔਰ ਕਿਹੜੇ ਮੰਤਰੀ ਉਹਦਾ ਜਿਹੜਾ ਜਵਾਬ ਲੈ ਕੇ ਆਉਂਦੇ ਨੇ, ਕਿਉਂਕਿ ਅਸੀਂ ਜਿਹੜੀਆਂ ਸਾਡਾ ਚਾਰਟ ਸੀ, ਸਾਡੇ ਜਿਹੜੇ ਜੋ ਮੰਗਾਂ ਸੀ ਉਹਨਾਂ ਨੂੰ ਪੂਰਾ ਆਪਣਾ ਚਾਰਟ ਬਣਾ ਕੇ ਦਿੱਤਾ ਸੀ, ਉਹਦਾ ਜਵਾਬ ਲੈ ਕੇ ਕੀ ਆਉਂਦੇ ਨੇ। ਕੱਲ ਨੂੰ 5 ਵਜੇ ਮੀਟਿੰਗ ਹੈ ਸਾਡੀ, ਸਾਡੇ ਉਹਨਾਂ ਕੇਂਦਰ ਦੇ ਮੰਤਰੀਆਂ ਨਾਲ, ਸਾਡੇ ਜਿਹੜੇ ਫੋਰਮ ਹੈ ਉਹਨਾਂ ਦੇ, ਸਾਡੇ ਲੀਡਰਸ਼ਿਪ ਦੀ, ਔਰ ਉਹਦੇ ਚੋਂ ਕੀ ਸਿੱਟਾ ਨਿਕਲਦਾ, ਕੀ ਰਿਜ਼ਲਟ ਲੈਂਦਾ, ਇਹ ਕੱਲ ਨੂੰ ਆਉਣ ਵਾਲਾ ਸਮਾਂ ਜਿਹੜਾ 5 ਵਜੇ ਮੀਟਿੰਗ ਹੋਣੀ ਉਹਦੇ ਚੋਂ। ਕਿੱਥੇ ਮੀਟਿੰਗ? ਚੰਡੀਗੜ੍ਹ। ਮੀਟਿੰਗ ਚੰਡੀਗੜ੍ਹ।